ये वीडियो हरियाणे की इतने अपने एक किसान वीर ने दो कनैक्शन लए ने जिहड़ी प्रधानमंत्री कुसुम योजना होंदी उहदे तहत शक्ति सीमा की ड्राइव लगियां ने दोवें ते एक शक्ति का उन्होंने समरसीबल पंप पाया है ते ये दोनों कनैक्शनों नूं कंबाइन करके चलांदे ने किवें चलांदे ने तुहानूं उहदे बारे दस्सांगे अज्ज तुसीं वेंदे पए हो पंजाबी टैक्नीकल यूट्यूब चैनल पंजाबी डेयरीमैन। इन्हां नूं जदों मौसम खराब हुंदा है ये दोनों नूं कंबाइन कर देंदे ने MCB लाई इन्हां ने ते खराब मौसम च दोनों नूं आपस च जोड़ के ते शक्ति सीमा दी 10 HP दी VFT नाले अपना जिहड़ा सोलर पंप है वह भी चलांदे ने ते अपनी पैली च सिंचाई करदे ने दे नाल ते जदों जरूरत नहीं हुंदी पैली च पानी लाण दी उस टाइम ते ये आ जिहड़ी तार आउण डई है इन्हां ने अपनी घर विच चक्की लाई है ਉਹਦੇ ਵਾਸਤੇ ਪਾਈ ਹੈ ਅਤੇ ਇਸ ਤਾਰ 'ਤੇ ਕੋਈ ਜ਼ਿਆਦਾ ਮੋਟੀ ਤਾਰ ਨਹੀਂ ਪਾਈ ਨੋਰਮਲ ਘਰ 'ਚ ਮੈਨੂੰ ਲੱਗਦਾ ਇਹਨਾਂ ਕੋਲ ਤਾਰ ਬਚੀ ਸੀ ਇਹਨਾਂ ਨੇ ਉਹ ਹੀ ਪਾ ਕੇ ਅਤੇ ਆਪਣੇ ਘਰ ਲੈ ਕੇ ਆਏ ਨੇ ਤੁਹਾਨੂੰ ਵਿਖਾਉਂਦੇ ਹਾਂ ਇਹਨਾਂ ਨੇ ਆਪਣੇ ਘਰ 'ਚ ਦਾਣਾ ਪੀਣ ਵਾਲੀ ਆਟਾ ਪੀਣ ਵਾਲੀ ਚੱਕੀ ਲਾਈ ਹੈ ਅਤੇ ਉਹਨਾਂ ਪੈਨਲਾਂ ਨੂੰ ਜੋੜ ਕੇ ਖਰਾਬ ਮੌਸਮ 'ਚ ਇਹਨਾਂ ਕੋਲ ਇੰਨੀ ਇਲੈਕਟ੍ਰੀਸਿਟੀ ਹੋ ਜਾਂਦੀ ਹੈ ਇੰਨੀ ਪਾਵਰ ਹੋ ਜਾਂਦੀ ਹੈ ਵੀ ਇਹ ਆਪਣਾ ਇਹ ਸਾਰਾ ਸਿਸਟਮ ਚਲਾਉਂਦੇ ਨੇ ਇਹ ਸਾਰਾ ਕੁਝ ਇਹ ਸੋਲਰ 'ਤੇ ਚਲਾਉਂਦੇ ਨੇ ਜਿੱਦਾਂ ਆਹ ਇੱਕ ਇਹਨਾਂ ਨੇ ਬਲੋਰ ਰੱਖਿਆ ਹੈ ਚੱਕੀ ਬਲੋਰ ਇੱਥੇ ਮਸਾਲੇ ਅਤੇ ਚੌਲ ਵਗੈਰਾ ਕੱਢਦੇ ਨੇ ਬਾਕੀ ਜਿੱਦਾਂ ਹੁਣ ਦਿਨ ਬਰਸਾਤਾਂ ਵਾਲੇ ਨੇ ਤੁਸੀਂ ਮੌਸਮ ਵੇਖ ਸਕਦੇ ਹੋ ਬਿਲਕੁਲ ਵੀ ਸੂਰਜ ਨਹੀਂ ਹੈਗਾ ਬੱਦਲਵਾਈ ਵਾਲਾ ਮੌਸਮ ਹੈ ਅਤੇ ਇਹ ਦੋਨਾਂ ਨੂੰ ਡਬਲ ਪਾਵਰ ਕਰਕੇ ਕੰਬਾਈਨ ਕਰਕੇ ਦੋਨਾਂ ਸਿਸਟਮਾਂ ਨੂੰ ਸੋਲਰ ਸਿਸਟਮਾਂ ਨੂੰ ਆਹ ਇੱਥੇ ਇਹਨਾਂ ਨੇ ਚੇਂਜ ਓਵਰ ਲਾਇਆ ਹੈ ਜਦੋਂ ਚੱਕੀ ਚਲਾਉਣੀ ਹੈ ਦੋ ਚੱਕੀਆਂ ਦੀਆਂ ਮੋਟਰਾਂ ਨੇ ਅਲੱਗ ਅਲੱਗ ਦੋਨੇ ਚਲਾਉਣ ਵਾਸਤੇ ਇਹਨਾਂ ਨੇ ਚੇਂਜ ਓਵਰ ਲਾਇਆ ਹੈ ਅਤੇ ਇਹ 10 HP ਦੀ ਮੋਟਰ ਹੈ ਜਿਹੜੀ ਬੱਦਲਾਂ 'ਚ ਵੀ ਵਧੀਆ ਚੱਲਦੀ ਪਈ ਹੈ ਅਤੇ ਬੱਦਲਵਾਈ ਦੇ ਵਿੱਚ ਵੀ ਇਹ ਘੰਟੇ ਦਾ 60-70 ਕਿਲੋ ਆਟਾ ਕੱਢ ਦਿੰਦੀ ਹੈ ਚੱਕੀ ਅਤੇ ਬੜਾ ਵਧੀਆ ਜੁਗਾੜ ਲਾਇਆ ਵੀਰ ਨੇ ਕਿ ਬੱਦਲਵਾਈ ਦੇ ਵਿੱਚ ਵੀ ਆਪਣੇ ਇਹ ਸੋਲਰ ਸਿਸਟਮ ਤੋਂ ਪੂਰਾ ਫਾਇਦਾ ਲੈਣ ਡਿਆ ਵਾ ਇਹ ਚੱਕੀ ਸਿਸਟਮ ਚਲਾਉਣ ਵਾਸਤੇ ਇਹਨਾਂ ਨੇ 10 HP ਦੀ ਮੋਟਰ 1440 RPM ਵਾਲੀ ਜਿਹੜੀ ਉਹ ਲਾਈ ਹੈ ਪਿੱਛੋਂ ਇਹ ਪੈਨਲਾਂ ਕੋਲੋਂ ਡਰਾਈਵ ਔਨ ਕਰ ਦਿੰਦੇ ਨੇ ਅੱਗੇ ਇਹਨਾਂ ਨੇ ਕੋਈ ਮੀਟਰ ਵਗੈਰਾ ਜਾਂ ਕੁਛ ਨਹੀਂ ਲਾਇਆ ਬਸ ਇੱਥੇ ਆ ਚੇਂਜ ਓਵਰ ਲਾਇਆ ਹੈ ਜਿੱਥੇ ਜਿੱਦਾਂ ਇਹਨਾਂ ਲਿਖਿਆ ਹੈ ਹਿੰਦੀ 'ਚ ਉੱਤੇ ਵੀ ਵੱਡੀ ਆਟਾ ਚੱਕੀ ਜਾਂ ਛੋਟੀ ਆਟਾ ਚੱਕੀ ਵੱਲ ਜਿੱਧਰ ਵੀ ਇਹਨਾਂ ਨੂੰ ਲੋਡ ਹੁੰਦੀ ਉਸ ਸਾਈਡ 'ਤੇ ਕਰਕੇ ਇਹ ਆਪਣਾ ਆਟਾ ਦਾਣਾ ਜੋ ਵੀ ਇਹਨਾਂ ਨੇ ਪੀਣਾ ਹੁੰਦਾ ਹੈ ਉਹ ਪੀਂਦੇ ਨੇ ਅਤੇ ਇਹ ਵੀਰ ਨੇ ਆ ਦੇਸੀ ਤਰੀਕੇ ਨਾਲ ਚੈੱਕ ਵੀ ਕਰਾਇਆ ਵੀ ਇੰਨਾ ਵਧੀਆ ਆਟਾ ਪੀਂਦੀ ਪਈ ਚੱਕੀ ਵੀ ਉਹਨੂੰ ਕੰਧ 'ਤੇ ਮਾਰੋ ਅਤੇ ਕੰਧ 'ਤੇ ਚਿੰਬੜ ਜਾਂਦਾ ਜਿਹੜਾ ਇੰਨਾ ਬਰੀਕ ਮੈਦੇ ਵਰਗਾ ਆਟਾ ਪੀਂਦੀ ਹੈ ਬਾਕੀ ਸਭ ਤੋਂ ਵੱਡੀ ਗੱਲ ਇਹ ਵੀ ਇਸ ਭਰਾ ਨੇ ਸੋਲਰ ਸਿਸਟਮ ਨੂੰ ਆਪਣਾ ਜਦੋਂ ਤੱਕ ਉਹਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਉਦੋਂ ਬਾਅਦ ਉਹਨੂੰ ਵਿਹਲਾ ਨਹੀਂ ਛੱਡਿਆ ਉਸ ਤੋਂ ਪੂਰਾ ਉਹਦਾ ਜਿਵੇਂ ਉਹਦੇ ਨਿਚੋੜ ਕੱਢਦਾ ਪਿਆ ਹੈ 60-70 ਕਿਲੋ ਆਟਾ ਘੰਟੇ ਦਾ ਇਹਦੀ ਇਹ ਜਿਹੜੀ ਚੱਕੀ ਹੈ ਕੱਢਦੀ ਪਈ ਹੈ ਇਹ ਇਹਨਾਂ ਦਾ ਸੋਲਰ ਸਮਰਸੀਬਲ ਪੰਪ ਹੈ ਅਤੇ 3-inch ਆਊਟਲੈਟ ਡਿਲੀਵਰੀ ਪੈਪ ਹੈ ਇਹਨਾਂ ਦੀ ਇਹ ਇਹਨਾਂ ਨੇ ਅੰਡਰਗਰਾਊਂਡ ਕੀਤਾ ਸਿਸਟਮ ਤਾਂ ਕਰਕੇ ਚਲਾ ਕੇ ਨਹੀਂ ਵਿਖਾਇਆ ਹੈਗਾ ਇਹ ਥੱਲੇ ਹੀ ਪਾਣੀ ਜਾਂਦਾ ਹੈ ਬਾਕੀ ਇਹਨਾਂ ਕੋਲ ਦੂਜੀ ਮੋਟਰ ਵੀ ਇੱਕ ਮੋਨੋ ਬਲਾਕ ਮੋਟਰ ਵੀ ਹੈ ਕਿਉਂਕਿ ਇਸ ਏਰੀਏ 'ਚ ਨਰਵਾਣਾ ਏਰੀਆ ਪੈਂਦਾ ਹੈ ਪਾਤੜਾਂ ਖਨੌਰੀ ਕੋਲ ਅਤੇ ਇਹਦੇ 'ਚ ਪਾਣੀ ਇੱਥੇ ਏਰੀਏ 'ਚ ਉੱਤੇ ਵੇ ਅਤੇ ਇਹ ਮੋਨੋ ਬਲਾਕ ਮੋਟਰ ਰੱਖੀ ਇਹਨਾਂ ਨੇ ਜਿਹੜੀ ਬਿਜਲੀ 'ਤੇ ਚੱਲਦੀ ਹੈ ਇਹਨੂੰ ਵੀ ਇਹਨਾਂ ਨੇ ਸੋਲਰ 'ਤੇ ਚਲਾ ਕੇ ਵੇਖਿਆ ਹੈ ਬਹੁਤ ਵਧੀਆ ਪਰਫੋਰਮੈਂਸ ਹੈ ਸੋਲਰ 'ਤੇ ਇਸ ਮੋਟਰ ਦੀ ਵੀ ਅਤੇ ਹੁਣ ਫਿਲਹਾਲ ਇਹਨੂੰ ਇਹ ਬਿਜਲੀ 'ਤੇ ਚਲਾਉਂਦੇ ਪਏ ਨੇ ਇਹ ਇਹਨਾਂ ਦੇ ਪੈਨਲ ਸਟਰਕਚਰ ਲੱਗੇ ਨੇ ਇਹ 10-10 HP ਦੇ ਦੋ ਨੇ 9-9 kW ਦੇ ਸਿਸਟਮ ਨੇ ਦੋ ਸਿਸਟਮ ਜਿਹੜੇ ਇਹਨਾਂ ਨੇ ਇਹ ਇਕੱਠੇ ਕਰਕੇ ਯੂਜ਼ ਕਰ ਲੈਂਦੇ ਨੇ ਆਹ ਇਹਨਾਂ ਦੀ ਸ਼ਕਤੀ ਸੀਮਾ ਡਰਾਈਵ ਦੀ 10 HP ਦੀ ਡਰਾਈਵ ਹੈ ਜਿਹਦੇ 'ਚ ਇਹ 18 kW ਨੂੰ ਇਕੱਠਾ ਕਰ ਲੈਂਦੇ ਨੇ ਅਤੇ 18 kW ਦੇ ਪੈਨਲ ਇਕੱਠੇ ਕਰਕੇ ਇਹ ਆਪਣੀ ਸਮਰਸੀਬਲ ਮੋਟਰ ਅਤੇ ਆਹ ਵੇਖੋ ਆ ਤਾਰ ਇਹਨਾਂ ਦੀ ਸਮਰਸੀਬਲ ਮੋਟਰ ਦੀ ਹੁਣ ਇਹਨਾਂ ਨੂੰ ਲੋੜ ਨਹੀਂ ਸੀ ਚਲਾਉਣ ਦੀ ਇਹ ਸਮਰਸੀਬਲ ਮੋਟਰ ਅਤੇ ਜਦੋਂ ਇਹਨਾਂ ਨੂੰ ਲੋੜ ਨਹੀਂ ਹੁੰਦੀ ਪਾਣੀ ਦੀ ਉਸ ਟਾਈਮ 'ਤੇ ਇਹ ਚੱਕੀ ਚਲਾਉਂਦੇ ਨੇ ਆਹ ਜਿਹੜੀ ਤਾਰ ਜਾਂਦੀ ਵੀ ਪੈਨਲਾਂ ਦੇ ਥੱਲਿਓਂ ਦੀ ਇਹੀ ਤਾਰ ਤੁਹਾਨੂੰ ਉੱਧਰ ਵਿਖਾਈ ਸੀ ਛੱਤ ਦੇ ਉੱਤੋਂ ਦੀ ਅਤੇ ਜਿਹਦੇ ਨਾਲ ਇਹ ਸਾਰਾ ਆਪਣਾ ਇਹ ਆਟਾ ਚੱਕੀ ਸਿਸਟਮ ਸਭ ਕੁਝ ਚਲਾਉਂਦੇ ਨੇ ਬਾਕੀ ਇਹਦੇ ਵਿੱਚ ਆਹ ਜਿਹੜਾ ਕਣਕ ਸਾਫ਼ ਕਰਨ ਵਾਲਾ ਜੁਗਾੜ ਹੈ ਇਹ ਮਸ਼ੀਨ ਹੈ ਇਹਨੂੰ ਇਹ ਬਿਜਲੀ 'ਤੇ ਚਲਾਉਂਦੇ ਨੇ ਪਰ ਹੌਲੀ ਹੌਲੀ ਮੇਰੇ ਭਰਾ ਇਹ ਆਉਂਦੇ ਨੇ ਵੀ ਆਪਾਂ ਸਾਰਾ ਕੁਝ ਹੀ ਸੋਲਰ 'ਤੇ ਕਰ ਦੇਣਾ ਕਿਉਂਕਿ ਇਹਨਾਂ ਕੋਲ ਸੋਲਰ ਸਿਸਟਮ ਜਿਹੜਾ ਹੈ ਉਹ ਬਹੁਤ ਵੱਡਾ ਹੈ 18 kW ਦਾ ਸੋਲਰ ਸਿਸਟਮ ਲੱਗਿਆ ਇਹਨਾਂ ਦੇ ਜਦੋਂ ਦੋਵਾਂ ਨੂੰ ਕੰਬਾਈਨ ਕਰਦੇ ਨੇ ਅਤੇ ਉਹ 18-18 kW ਦਾ ਸੋਲਰ ਸਿਸਟਮ ਬਣ ਜਾਂਦਾ ਹੈ ਅਤੇ ਬੜੇ ਦਿਮਾਗੀ ਤਰੀਕੇ ਨਾਲ ਮੇਰਾ ਵੀਰ ਇਹ ਸੋਲਰ ਸਿਸਟਮ ਨੂੰ ਪੂਰੀ ਤਰ੍ਹਾਂ ਜਿਵੇਂ ਉਹਦੇ ਨੇ ਨਿਚੋੜ ਕੇ ਯੂਜ਼ ਕਰਨ ਡਿਆ ਹੈ ਸਾਡੀਆਂ ਹੋਰ ਇੱਦਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲਿਓ ਅਤੇ ਵਹਿੰਦੇ ਰਹੋ ਪੰਜਾਬੀ ਡੇਅਰੀਮੈਨ।